बापू के दुपट्टे मां दियां चुन्नियां ना बन के रखने लई इंसानियत के दर्द नूं पछाणन वाले लोगों को बेनती है, आंढ गुआंढ के रहिंदे लोगों को बेनती है, भरावो साथ दिया करो। ਕਿੰਨੇ ਸਾਲ ਟੇਲਰ ਰਿਹਾ ਹੈ? ਪਹਿਲਾਂ ਟੇਲਰ ਰਹੀ ਸੀ, ਬਚਪਨ ਤੇ ਟੇਲਰ ਸੀਗਾ। ਛੋਟਾ ਕੰਮ ਦਾ ਕੰਮ ਸਿੱਖ ਗਿਆ ਸੀ? ਹਾਂ। ਪਹਿਲਾਂ ਕੌਣ ਕਰਦਾ ਸੀ ਕੰਮ? ਪਹਿਲਾਂ ਮੈਂ ਕਰਦੀ ਸੀ ਟੇਲਰ ਦਾ। ਟੇਲਰ ਦਾ ਜੀ। ਫਿਰ ਮੈਂ ਆਪਦੇ ਬੱਚੇ ਸਿਖਾਏ, ਇਹਨੂੰ ਕਹਿੰਦੇ ਸੀ ਪਹਿਲਾਂ ਵੀ ਫੌਜੀ ਭਰਤੀ ਕਰਾ ਦਾਂਗੇ। ਹਾਂ। ਕੱਲਾ ਕੱਲਾ ਹੈਗਾ ਸੀ ਯਾਰ ਆਪਣੇ ਗੁੱਡੀਆਂ ਨੇ, ਤੇ ਫਿਰ ਇਹਨੂੰ ਭਰਤੀ ਨਹੀਂ, ਫਿਰ ਇਹਨੂੰ ਇਹ ਟੇਲਰ ਪਣੇ ਦਾ ਕੰਮ ਸਿਖਾ ਲਿਆ ਵੀ ਘਰ ਬੈਠਾ ਕਰੀ ਜਾਊਗਾ। ਤੇ ਫਿਰ ਹੁਣ ਇੱਕਣ ਹੋ ਗਿਆ। ਬੱਚੇ ਤੇ ਹੈਗੇ? ਹੈਗੇ ਨੇ। ਕਿੰਨੇ? ਤਿੰਨ ਨੇ, ਦੋ ਗੁੱਡੀਆਂ ਨੇ, ਇੱਕ ਕਾਕਾ। ਕਿੱਡੇ ਕਿੱਡੇ ਕਾ? 12ਵੀਂ ਚ ਅੱਜ ਹੋ ਗਿਆ, ਉਹ ਅੱਜ ਪਾਸ ਹੋ ਗਿਆ, ਉਹ 12ਵੀਂ ਚ, 11ਵੀਂ ਤੇ 12ਵੀਂ ਚ ਸੀਗਾ ਤੇ ਉਹ ਰਿਜ਼ਲਟ ਆ ਗਿਆ ਜੀ। ਹਾਂ ਜੀ, ਆ ਗਿਆ ਅੱਜ, ਕੰਨੀ ਕੱਲ ਆਇਆ। ਪਾਸ ਹੋ ਗਿਆ ਹੈ? ਹਾਂ ਜੀ, ਪਾਸ ਹੋ ਗਿਆ। ਤੇ ਉਹ ਪੜਾਉਂਦੀ ਆ ਉਹਨਾਂ ਨੂੰ, ਮੈਂ ਇਹਨੂੰ ਸਾਹ। ਕਿਹੜਾ ਪਿੰਡ ਆ ਮਾ? ਤੋਲੇ ਲੂਣੇ। ਤੋੜਾ ਲਿਖ ਮਾ। ਹੁਣ ਕਿਵੇਂ ਆਏ ਤੇਰੇ ਹਿਸਾਬ ਨਾਲ ਕਰਮਜੀਤ? ਬਹੁਤ ਸੈੱਟ ਆ, ਸੈੱਟ ਤੁਸੀਂ ਹੁਣ ਕਰੇਂਗੇ ਉਹ ਵੀ। ਅੱਛਾ, ਕੀ ਕਹਨੇ ਛੋਡੇ? ਇੱਥੇ ਰਹੂਗਾ, ਸਾਡੇ ਕੋਲ ਰਹੂਗਾ। ਹਾਂ ਕਰਮਜੀਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਕਰਮਜੀਤ ਲਾਈ ਚੱਲ ਸਿਆਉਣ। ਕਰਮਜੀਤ ਵੀਰਾ, ਤੁਸੀਂ ਸਿਆਉਣਾ ਮਾਰਦਾ ਦੇਖਦੇ ਹੋ, ਇਹ ਖਾਨਦਾਨੀ ਕੰਮ ਆ, ਕਿਉਂਕਿ ਮਾਂ ਕਰਦੀ ਸੀ ਪਹਿਲਾਂ। ਮਾਂ ਨੇ ਕਹਾ ਆਪਦੇ ਪੁੱਤਾਂ ਨੂੰ ਸਿਖਾਇਆ, ਪੁੱਤ ਨੂੰ ਵੀ ਸਿਖਾਇਆ, ਚਾਰੇ ਧੀਆਂ ਨੂੰ ਵੀ ਸਿਖਾਇਆ, ਸਾਰੀਆਂ ਕੁੜੀਆਂ। ਮਾਂ ਨੇ ਉਹਨਾਂ ਨੂੰ ਹੁਨਰ ਦਿੱਤਾ। ਕਰਮਜੀਤ ਦੀ ਹਾਲਤ ਕੀ ਸੀ ਤੁਸੀਂ ਵੀਡੀਓ 'ਚ ਦੇਖ ਕੇ ਹਟੇ ਹੋ ਪਹਿਲਾਂ ਮੂਹਰੇ, ਕਿੱਦਾਂ ਇਹਨੂੰ ਵੀਰੇ ਨੂੰ ਮੰਜੇ ਦੇ ਉੱਤੇ ਬੰਨ ਕੇ ਲੈ ਕੇ ਆਏ ਸੀ? ਲੱਤਾਂ ਵੀ ਤੇ ਬਾਹਾਂ ਵੀ ਬੰਨੀਆਂ ਹੋਈਆਂ ਸੀ। ਕਿੰਨੇ ਟਾਈਮ ਤੋਂ ਬੰਨਿਆ ਸੀ ਮੈਂ ਇਹਨੂੰ? ਆ 5-6 ਸਾਲ ਤਾਂ ਹੋ ਗਏ ਤੇ ਇਹਨੂੰ ਠੀਕ ਹੋਏ ਨੂੰ, ਆ ਫੇਰ ਹੋ ਗਿਆ ਤੇ ਹੁਣ 2 ਸਾਲ ਦਾ ਤੇ ਜਮਾਂ ਹੀ ਬੈਠਾ ਸੀ ਅੰਦਰ। 2 ਸਾਲ ਤੋਂ ਜਮਾਂ ਹੀ ਬੈਠਾ। ਤੇ ਅੱਜ ਵੀਰ ਨੂੰ ਆਏ ਨੂੰ ਸਾਡੇ ਕੋਲ ਕਿੰਨਾ ਟਾਈਮ ਹੋ ਗਿਆ ਮੈਂ ਤੁਹਾਨੂੰ ਆਇਆ ਨੂੰ? ਅਸੀਂ ਅਗਲੇ ਸੋਮਵਾਰ ਨੂੰ ਆਏ ਤੇ 20-22 ਦਿਨ ਹੋ ਗਏ। 22 ਦਿਨ ਹੋ ਗਏ ਤੇ 20-22 ਦਿਨਾਂ ਦੇ ਵਿੱਚ ਕਰਮਜੀਤ ਵੀਰਾ ਦੁਬਾਰਾ ਸਿਆਉਣਾ ਮਾਰਨ ਜੋਗਾ ਹੋ ਗਿਆ। ਜਿਹੜਾ ਬੰਨ ਕੇ ਲਿਆਂਦਾ ਸੀਗਾ, ਅੱਜ ਉਹ ਵੀਰਾ ਸੂਟ ਸਿਉਂਦਾ, ਕੁੜਤੇ ਪਜਾਮੇ ਵੀ ਸਿਉਂਦੇ ਦਾ, ਸਾਰਾ ਕੁਝ ਕਰ ਲੈਂਦਾ। ਤੇ ਸਾਨੂੰ ਪ੍ਰਮਾਤਮਾ ਨੇ ਦੇਖੋ ਕਿੱਡੀ ਕਿਰਪਾ ਕਰਕੇ ਭੇਜਿਆ, ਸਾਨੂੰ ਇੱਥੇ ਸੇਵਾ ਦੇ ਵਿੱਚ ਟੇਲਰ ਵੀਰ ਭੇਜਤਾ ਕਿ ਠੀਕ ਕਰਕੇ। ਤੇ ਸਾਡੇ ਕੋਲ ਕਰਮਜੀਤ ਵੀਰਾ ਆਪਣੀ ਸੇਵਾ ਜਿਹੜੀ ਇਹਦੀ ਵੀਰੇ ਦੇ ਹਿੱਸੇ 'ਚ ਬਚਦੀ ਆ, ਉਹ ਕਰਕੇ ਆਪਣਾ ਅਗਲਾ ਜਨਮ ਸਵਾਰੇ। ਤੇ ਮਾਂ ਜਿਹੜੀ ਵਿਚਾਰੀ ਹਰ ਰੋਜ਼ 2 ਸਾਲ ਹੋ ਗਏ ਸੀ, ਦੁੱਖ ਤਕਲੀਫ ਕੁੱਟ ਮਾਰ ਕਰਦਾ, ਭੰਨ ਤੋੜ ਕਰਦਾ, ਉਹਦੇ ਤੋਂ ਮਾਤਾ ਨੂੰ, ਇਹਦੇ ਬੱਚਿਆਂ ਨੂੰ, ਇਹਦੇ ਵਾਈਫ ਨੂੰ, ਸਾਰਿਆਂ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖੁਸ਼ੀ ਮਿਲੀ ਵੀ ਸਾਡੇ ਘਰ ਦਾ ਮੇਨ ਮੈਂਬਰ ਠੀਕ ਹੋ ਗਿਆ। ਹੁਣ ਅਰਦਾਸ ਕਰਿਓ ਕਰਮਜੀਤ ਵੀਰੇ ਕੋਲ, ਜਿੰਨੇ ਵੀ ਮਹਾਰਾਜ ਨੇ ਕਿਰਪਾ ਕਰਕੇ ਤੋਂ ਸੇਵਾ ਲੈਣੀ ਹੈ ਇੱਥੇ, ਉਹ ਕਰਮਾਂ ਦੇ ਵਿੱਚ ਆ ਸੇਵਾ, ਕਿਉਂਕਿ ਸੇਵਾ ਭਾਗਾਂ ਨਾਲ ਮਿਲਦੀ ਆ, ਬਿਨ ਭਾਗਾਂ ਸੇਵਾ ਨਹੀਂ ਮਿਲਦੀ। ਤੇ ਬਾਈ ਕਰ ਸਕੇ ਤੇ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਜੇ ਵੀਰ ਇਹ ਅਗਲਾ ਜੀਵਨ ਇਹਦੇ ਵਿੱਚ ਗੁਜ਼ਾਰਨਾ ਚਾਹੁੰਦਾ, ਅਸੀਂ ਇਹਨੂੰ ਹੌਲੀ ਹੌਲੀ ਗਾਂਹ ਜਾ ਕੇ ਪੇ ਵੀ ਕਰਿਆ ਕਰਾਂਗੇ, ਇਹਨੂੰ ਤਨਖਾਹ ਦੇ ਦਿਆ ਕਰਾਂਗੇ, ਇਹਦੇ ਬੱਚੇ ਪਲ ਜਾਣਗੇ ਤੇ ਇਹਦੇ ਬੱਚੇ ਪੜ੍ਹਦੇ ਆ ਜਿਹੜੇ ਉਹ ਆਪਣੇ ਚੰਗੇ ਮੁਕਾਮ ਤੇ ਪਹੁੰਚ ਜਾਣਗੇ। ਪਰ ਫਿਲਹਾਲ ਸਾਡਾ ਇਹ ਸੂਰ ਆ ਜਿਹੜੇ ਪੇਸ਼ੈਂਟ ਨੂੰ ਅਸੀਂ ਲੈ ਕੇ ਆਉਂਦੇ ਹਾਂ, ਤੇ ਜਦ ਤੱਕ ਉਹ 1 ਸਾਲ ਪੂਰਾ ਨਹੀਂ ਹੁੰਦਾ ਉਦ ਤੱਕ ਉਹ ਸੇਵਾ ਕਰਦਾ, ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਆ ਫਿਰ ਅਸੀਂ ਉਹਨੂੰ ਉਸ ਤੋਂ ਬਾਅਦ ਤਨਖਾਹ ਦੇਣੀ ਸ਼ੁਰੂ ਕਰ ਦਿੰਦੇ ਹਾਂ, ਜਦੋਂ ਜੇ ਉਹ ਵੀਰ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਆਪਣੀ ਜਾਰੀ ਰੱਖਣਾ ਚਾਹੁੰਦਾ। ਤੇ ਕਰਮਜੀਤ ਬਾਈ ਦੇ ਵਾਸਤੇ ਅਰਦਾਸ ਕਰਿਓ ਵੀ ਇਹ ਵੀਰ ਠੀਕ ਹੋ ਗਿਆ ਵਾ, ਅਗਲਾ ਜੀਵਨ ਤੰਦਰੁਸਤੀ ਭਰਿਆ ਬਤੀਤ ਕਰੇ। ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਪਿੰਡ 'ਚ, ਤੁਹਾਡੇ ਰਿਸ਼ਤੇਦਾਰੀ 'ਚ, ਆਂਢ ਗੁਆਂਢ ਕੋਈ ਇਸ ਤਰ੍ਹਾਂ ਦਾ ਵੀਰ ਹੋਊਗਾ ਜਿਹੜਾ ਵਿਚਾਰਾ ਜਿਵੇਂ 2 ਸਾਲਾਂ ਤੋਂ ਕਰਮਜੀਤ ਵੀਰ ਇੱਦਾਂ ਦੀ ਹਾਲਤ ਦੇ ਵਿੱਚ ਸੀਗਾ, ਜਿਹਨੂੰ ਬੰਨ ਕੇ ਰੱਖਣਾ ਪੈਂਦਾ ਸੀ, ਬੱਚਿਆਂ ਨੂੰ ਵੀ, ਮਾਂ ਨੂੰ ਵੀ, ਘਰ ਵਾਲੀ ਨੂੰ ਵੀ ਡਰ ਲੱਗਦਾ ਸੀ ਪਤਾ ਨਹੀਂ ਕੀ ਕਰ ਦੂ। ਅੱਜ ਉਹੀ ਵੀਰਾ ਸਾਡੇ ਕੋਲ, ਕੋਈ ਬੰਨਣ ਦੀ ਲੋੜ ਨਹੀਂ, ਕੋਈ ਗੁੱਸਾ ਨਹੀਂ ਕਰਦਾ, ਕੋਈ ਮਾਰਦਾ ਨਹੀਂ, ਕੋਈ ਕੁੱਟਦਾ ਨਹੀਂ। 20 ਦਿਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਜਿਹੜਾ ਦਵਾਈਆਂ ਦਾ ਲੰਗਰ ਲੱਗਦਾ, ਜਿਹਦੇ ਵਿੱਚ 7 ਡਾਕਟਰ ਦਿਮਾਗ ਦੇ ਬਹੁਤ ਹੀ ਚੰਗੇ ਡਾਕਟਰ ਆਉਂਦੇ ਨੇ, ਉਹ ਆਪਣੀ ਪੜ੍ਹਾਈ ਮੁਤਾਬਕ ਚੰਗੀਆਂ ਦਵਾਈਆਂ ਲਿਖ ਕੇ ਦਿੰਦੇ ਨੇ, ਤੇ ਉਹ ਚੰਗੀਆਂ ਦਵਾਈਆਂ ਸੰਗਤ ਸਾਨੂੰ ਪ੍ਰਸ਼ਾਦ ਦੇ ਰੂਪ 'ਚ ਇੱਥੇ ਡੋਨੇਟ ਕਰਕੇ ਜਾਂਦੇ ਨੇ, ਉਹ ਦਵਾਈਆਂ ਲੰਗਰ ਦੇ ਰੂਪ 'ਚ ਅਸੀਂ ਅੱਗੇ ਵਰਤਾ ਦਿੰਦੇ, ਤੇ ਉਹ ਲੰਗਰ ਦੇ ਪ੍ਰਸ਼ਾਦੇ ਦੀ ਜਿਹੜੀ ਕਰਾਮਾਤ ਆ ਉਹ ਅੱਜ ਤੁਹਾਡੇ ਸਾਹਮਣੇ। ਬਸ ਇਸ ਮਾਂ ਨੂੰ ਪਰਮਾਤਮਾ ਸੁੱਖ ਦੇਣ, ਇਹਦਾ ਪੁੱਤ ਠੀਕ ਹੋ ਜਾਵੇ,
ਮਾਂ ਦੀ ਪੂਰੀ ਵੀਡੀਓ ਜ਼ਰੂਰ ਦੇਖੋ ਜਿੱਦਣ ਲੈ ਕੇ ਆਈ ਸੀ ਕਿੱਦਾਂ ਮਾਂ ਬਿਲਕਦੀ ਸੀਗੀ ਤੇ ਅੱਜ ਉਹੀ ਮਾਂ ਪੂਰੇ ਹੌਸਲੇ 'ਚ ਆ ਕਹਿੰਦੀ ਮੈਂ ਘਰੇ ਜਾਣਾ ਮੈਂ ਪੁੱਤ ਮੈਂ ਜਾ ਕੇ ਆਪਦੇ ਜਵਾਕ ਪੋਤੇ ਪਾ ਪੋਤੇ ਦੇਖਣੇ ਆ ਪੋਤੀ ਦੇਖਣੀ ਆ ਤੇ ਇਹ ਵੀਰ ਸਾਡੇ ਕੋਲ ਸੇਵਾ ਕਰਾਊ ਕੁਛ ਦਿਨ ਰਹਿ ਕੇ ਬਾਕੀ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਹੋਊਗਾ ਠੀਕ ਆ ਮਾਂ ਹਾਂਜੀ ਠੀਕ ਆ ਠੀਕ ਕੋਈ ਨਾ ਘਬਰਾਉਣਾ ਨਹੀਂ ਤੂੰ ਅਸੀਂ ਤੈਨੂੰ ਫੋਨ ਕਰਾਂਗੇ ਬਸ ਇੱਕ ਮੇਰੀ ਬੇਨਤੀ ਆ ਤੁਸੀਂ ਹਰ ਹਫਤੇ ਗੇੜਾ ਮਾਰਨਾ ਹਫਤੇ ਮਾਰ ਥੋੜੇ ਦਿਨ ਕੈਂਪ 15 ਦਿਨਾਂ ਵੱਲ ਲੱਗਦਾ ਹਾਂ ਕੈਂਪ ਤੋਂ ਇੱਕ ਦਿਨ ਪਹਿਲਾਂ ਆ ਜਾ ਕਰ ਫਿਰ ਕੈਂਪ ਤੋਂ 2 ਦਿਨ ਚਲੇ ਗਏ ਏਦਾਂ ਕਰ ਦਿਆ ਕਰ ਠੀਕ ਆ ਪਰਮਾਤਮਾ ਕਿਰਪਾ ਕਰਨਗੇ ਤੇਰੇ ਪੁੱਤ ਨੂੰ ਬਸ ਸਨ ਮੈਨੂੰ ਆਸ ਨਹੀਂ ਸੀ ਬਸ ਬਸ ਉਹ ਵੀ ਮਹਾਰਾਜ ਜੀ ਸਰਪੰਚਾਂ ਕੋਲ ਵੀ ਪਿੰਡ 'ਚ ਵੀ ਫਿਰਦੀ ਰਹੀ ਆ ਕਿਸੇ ਨੇ ਰਾਹ ਨਹੀਂ ਕੀਤਾ ਚਲੋ ਮਾਂ ਇਸੇ ਤਰ੍ਹਾਂ ਹੀ ਬਣਨਾ ਹੁਣ ਤੁਹਾਨੂੰ ਕਿਹਨੇ ਭੇਜਿਆ ਸੀ ਇੱਥੇ ਲੁਧਿਆਣੇ ਇੱਥੇ ਸੇਵਾ ਕਰਨ ਆਉਂਦੇ ਲੁਧਿਆਣੇ ਦੇ ਲੱਗੇ ਹੋਏ ਨੇ ਕਿਤੇ ਜੀ ਮੁਲਾਜ਼ਮ ਲੱਗੇ ਹੋਏ ਨੇ ਫਿਰ ਉਹਨਾਂ ਨੇ ਸਾਡੇ ਪਿੰਡੋਂ ਇਹਦਾ ਚਾਚਾ ਲੱਗਿਆ ਹੋਇਆ ਉਹਨਾਂ ਨਾਲ ਗੱਲ ਸਹੁਰੇ ਦਾ ਮੁੰਡਾ ਲੱਗਿਆ ਹੋਇਆ ਫਿਰ ਉਹਨੇ ਨਹੀਂ ਉਹ ਨਹੀਂ ਟਿਕਿਆ ਉਹ ਕਹਿੰਦਾ ਉੱਥੇ ਛੱਡ ਕੇ ਆਉਣਾ ਫਿਰ ਜਦ ਇਹ ਵੱਧ ਗਿਆ ਕੰਮ ਫਿਰ ਦੇਖ ਲਾ ਤੁਸੀਂ ਹਾਲਤ ਦੇਖੀ ਹੋਈ ਆ ਘਰ ਤੋੜ ਭੰਨ ਕਰੀ ਪਈ ਹੈ ਗੈਸ ਮੇਰਾ ਤਨ ਤਾਂ ਹੋਰ ਕੁਝ ਮੇਰਾ ਹੁਣ ਖਰਚਾ ਤੁਸੀਂ ਦਿੱਤਾ ਕਿਰਾਏ ਦਾ ਵਾਹਿਗੁਰੂ ਜੀ ਵੀਡੀਓ ਪੂਰੀ ਜ਼ਰੂਰ ਦੇਖਿਓ ਐਂਡ ਤੱਕ ਆ ਜਾ ਮਾਂ ਕੀ ਨਾਂ ਜੀ ਇਹਦਾ ਕਰਮਜੀਤ ਪਿੰਡ ਅਲੂਣਾ ਤੋਲਾ ਜ਼ਿਲ੍ਹਾ ਤੁਹਾਨੂੰ ਪੈਂਦਾ ਲੁਧਿਆਣੇ ਖੰਨੇ ਕੋਲੇ ਪੈ ਬੀਜਾ ਪੈਲ ਕੋਲੇ ਹੈ ਨਾ ਕੀ ਹਾਲ ਨੇ ਬਾਈ ਸਤਿ ਸ੍ਰੀ ਅਕਾਲ ਕਰਮਜੀਤ ਕਿਵੇਂ ਤੈਨੂੰ ਬੰਨੀ ਫਿਰਦੇ ਆ ਲਾਏ ਉੱਪਰ ਚੜ੍ਹ ਕੇ ਮੰਜਾ ਚੜ੍ਹੇ ਦੋ ਜਾਣੇ ਚੜੋ ਬਲੰਟੀਰ ਆਪਣੇ ਸਤਨਾਮ ਚੜ੍ਹ ਮਾਂ ਤੇਰਾ ਪੋਤਾ ਠੀਕ ਆ ਕਿੰਨੇ ਬੱਚੇ ਤੇਰੇ ਚੱਕੇ ਕਿੰਨੇ ਬੱਚੇ ਆ ਮਾਂ ਤੇਰੇ ਅੱਛਾ ਕੋਈ ਮੁੰਡਾ ਵਾ ਚਾਰ ਕੁੜੀਆਂ ਵਾ ਇਹ ਵਿਆਹ ਹੋਇਆ ਇਹਦੇ ਬੱਚੇ ਹੈਗੇ ਆ ਅੱਛਾ ਮੁੰਡਾ ਤੇਰੇ ਡੈਡੀ ਕਾਕਾ ਠੀਕ ਹੈ ਪੁੱਤ ਕਿੰਨੇ ਟਾਈਮ ਤੋਂ ਇੱਦਾਂ ਬਾਈ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ ਇੱਦਾਂ ਕੀ ਗੱਲ ਕੀ ਹੋਈ ਸੀ ਮਾਂ ਜਦੋਂ 15 ਸਾਲ ਪਹਿਲਾਂ ਬੰਨਿਆ ਸੀ ਬੰਨਿਆ ਸੀ ਪਹਿਲਾਂ ਇਹ ਉਸ ਨੇ ਕੀ ਖਾਂਦਾ ਬੇਲਰ ਪਣੇ ਦਾ ਕੰਮ ਕਰਦਾ ਸੀ ਨਾ ਪੜਿਆ ਹੋਇਆ ਹੈ ਅੱਛਾ ਜੀ ਇਹਨੂੰ ਬੀੜੀ ਸ਼ੁਰ ਵਿਚਾਲੇ ਨੂੰ ਅੰਦਰ ਨਹੀਂ ਸੀ ਬਣ ਦਿੰਦੇ ਅਸੀਂ ਅੱਛਾ ਜੀ ਤੇ ਫੇਰ ਇਹਨੂੰ ਪਤਾ ਨਹੀਂ ਕੀ ਚੱਕਰ ਪਿਆ ਸੁੱਖਾ ਤਾਂ ਬੀੜੀ ਬਹੁਤ ਪੀਤੀ ਪੰਗ ਪੀਣ ਲੱਗ ਗਿਆ ਹਾਂ ਤੇ ਫੇਰ ਇਹਨੂੰ ਫਤਿਹਗੜ੍ਹ ਛੱਡਿਆ ਉੱਥੇ ਕਿੱਥੇ ਛੱਡਿਆ ਉਹ ਜਾਂਦੇ ਪੈਂਟ ਤੇ ਉੱਥੇ ਫਤਿਹਗੜ੍ਹ ਹੈਗਾ ਤੇ ਸੈਂਟਰ ਅੱਛਾ ਸੈਂਟਰ ਚ ਹਾਂ ਅੱਛਾ ਤੇ ਉੱਥੇ ਫੇਰ ਵੀ ਠੀਕ ਸੀ ਉੱਥੋਂ ਨਹੀਂ ਆਉਂਦਾ ਵੀ ਮੇਰੇ ਤੇ ਦਵਾਈ ਨਹੀਂ ਆਈ ਡੈਡੀ ਇਹਨਾਂ ਦਾ ਮੁੱਕ ਗਿਆ ਅੱਛਾ ਜੀ ਮੇਰੇ ਤੋਂ ਦਵਾਈ ਨਹੀਂ ਨਹੀਂ ਕਿ ਕਿਉਂ ਹੁੰਦਾ ਦਵਾਈ ਵੀ ਘਰ ਦੇ ਨਾਲ ਹੁਣ ਫੇਰ ਇਹ ਇੰਨਾ ਚਿਰ ਗਿਆ ਅੱਛਾ ਹੁਣ ਮਾਂ ਇਹਦੇ ਬੱਚਾ ਇੱਕੋ ਹੀ ਬੱਚਾ ਇੱਕੋ ਹੀ ਬੱਚਾ ਮੁੰਡਾ ਇੱਕ ਕੁੜੀਆਂ ਕੁੜੀਆਂ ਦੋ ਅੱਛਾ ਉਹ ਪੜ੍ਹਦੀਆਂ ਵਿਆਹੀਆਂ ਹੋਈਆਂ ਕਿ ਪੜ੍ਹਦੀਆਂ ਪੜ੍ਹਦੀਆਂ ਅੱਛਾ ਵਿਆਹ ਹੋਈਆਂ ਇਹ ਟੇਲਰ ਦਾ ਕੰਮ ਕਰਦਾ ਸੀ ਟੇਲਰ ਪਣੇ ਦਾ ਕੰਮ ਕਰਦਾ ਸੀ ਬਾਈ ਕੀ ਨਾਂ ਤੇਰਾ ਕਰਮਜੀਤ ਕਿਵੇਂ ਬੰਨੀ ਨੂੜੀ ਫਿਰਦੇ ਤੈਨੂੰ ਯਾਰ ਤੂੰ ਮਾਰਦਾ ਕੁੱਟਦਾ ਵਾ ਮਾਰਦਾ ਹੈ ਫਿਰ ਡਰਦਾ ਜਾਂ ਬਾਹਰ ਗੱਡੀਆਂ ਆਉਂਦੀਆਂ ਨੇ 2 ਸਾਲ ਹੋ ਗਏ ਪਹਿਲੇ ਤਾਂ ਅੰਦਰ ਹੀ ਬੈਠਾ ਲੱਭਦੀਆਂ ਕਰਦੇ ਬਹੁਤ ਇਹ ਘਰੇ ਵੀ ਮਾਰਦਾ ਜੇ ਭੰਨ ਮੇਰ ਕਰਦਾ ਬਹੁਤ ਕੁੱਟ ਮਾਰ ਕਰਦਾ ਹਾਂਜੀ ਹਾਂ ਚੀਜ਼ਾਂ ਤੋੜਦਾ ਚੀਜ਼ਾਂ ਕੀ ਨਸਾਰ ਪੋ ਕਰੇ ਇਹਦਾ ਵਿੱਚ ਅੱਧਾ ਸਾਰੇ ਜਗ੍ਹਾ ਵੇਗੀ ਇਹਨਾਂ ਦੀ ਇਹਦੇ ਹੱਥ ਕੀ ਕਰਦਾ ਬੰਨ ਤੋੜ ਕਰ ਦਿੰਦਾ ਅੱਗ ਉੱਗ ਵੀ ਲਾ ਲੈਂਦਾ ਅੱਗ ਵੀ ਲਾਉਂਦਾ ਡਰਦਾ ਤੂੰ ਅੱਗ ਤੋਂ ਡਰਦਾ ਸਾਂ ਖੱਚ ਲੈਂਦਾ ਬਾਹਰ ਨਹੀਂ ਨਿਕਲਣ ਦਿੰਦਾ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦਾ ਸਾਨੂੰ ਨਹੀਂ ਅੱਗ ਤੋਂ ਡਰਦਾ ਆ ਗੱਡੀਆਂ ਹੁੰਦਾ ਹੈ ਰੋਡ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੂਣਾ ਤੋੜਾ ਪਿੰਡ ਆ ਜੀ ਸਾਡੇ ਇੱਥੇ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਬੀਜੇ ਪੈਲ ਦੇ ਕੋਲੇ ਦਰਾਹੇ ਦੇ ਇੱਕ ਸਾਈਡ ਦੇ ਇਹ ਵੀਰ ਕਰਮਜੀਤ ਨਾਂ ਦੱਸਦੇ ਆ ਤੁਸੀਂ ਦੇਖ ਸਕਦੇ ਹੋ ਬਾਹਾਂ ਵੀ ਬੰਨੀਆਂ ਹੋਈਆਂ ਲੱਤਾਂ ਵੀ ਬੰਨੀਆਂ ਉਸੇ ਮਾਂ ਦੀ ਚੁੰਨੀ ਨਾਲ ਜਿਹੜੀ ਮਾਂ ਦਾ ਸਿਰ ਢੱਕਦੀ ਸੀ ਅੱਜ ਉਸ ਚੁੰਨੀ ਨਾਲ ਦਾ ਪੁੱਤ ਬੰਨਣਾ ਮਜਬੂਰ ਆਏ ਬਜ਼ੁਰਗ ਮਾਂ ਆਪਣੇ ਪੁੱਤ ਨੂੰ ਇੱਥੇ ਬੰਨ ਕੇ ਲੈ ਕੇ ਆਉਣ ਲਈ ਅਲੂਣੇ ਤੋਲੇ ਪਿੰਡ 'ਚ ਅਸੀਂ ਪਹਿਲਾਂ ਵੀ ਗਏ ਸੀ ਉਹ ਤੁਹਾਡੇ ਪਿੰਡ ਨੂੰ ਸਾਰਾ ਸਿਨਰੀ ਨਾਲ ਤਿਆਰ ਕੀਤਾ ਹਨਾ ਉੱਥੇ ਇੱਕ ਮਾਤਾ ਸੀ ਮਾਂ ਬਈ 3 ਪੁੱਤ ਸੀ ਉਹਦੇ 3 ਹੀ ਅਫਸਰ ਸੀ ਉਹਦੇ ਕੀੜੇ ਪਏ ਦੁੱਧ 'ਚ ਵਿਚਾਰੀ ਦੇ ਉਹ ਕਿਵੇਂ ਮਾਤਾ ਹੁਣ ਵੇਲੋ ਜੱਟੀ ਆ ਮਰ ਗਈ ਬੇਬੇ ਦੇ ਘਟੇ ਮਰ ਉਸੀ ਨਾਲ ਕਿਸੇ ਨੇ ਤੇ ਅੱਜ ਨੌਕਰੀਆਂ ਤੇ ਲੱਗੇ ਹੋਏ ਜੀ ਪੁੱਤੋਂ ਦੇ ਸ਼ਰਮ ਦਾ ਘਾਟਾ ਸਾਡੇ ਸਿਸਟਮ ਨੂੰ ਸਾਡੇ ਸਮਾਜ ਨੂੰ ਵੀ ਮਾਵਾਂ
ਇੰਦਾ ਤੜਫਦੀਆਂ ਮੈਂ ਰੁੜਦੀਆਂ ਨੇ ਪੁੱਤ ਉਹਦੇ ਤਿੰਨ ਪੁੱਤ ਸੀ ਐਡੇ ਸ਼ੇਰਾਂ ਵਰਗੇ ਜੁਆਬਾਂ ਕਰਦੇ ਸਰਕਾਰੀ ਉਹਨਾਂ ਨੇ ਬਾਹਰਲੇ ਘਰੇ ਕੱਲੀ ਨੂੰ ਪਾਇਆ ਜਿਹੜੇ ਡੱਬੇ ਚ ਉਹ ਦੁੱਧ ਪੀਂਦੀ ਸੀ ਉਹਦੇ ਚ ਪਿਸ਼ਾਬ ਕਰਦੀ ਸੀ ਵਿਚਾਰੀ ਅਸੀਂ ਉੱਥੇ ਗਏ ਸਾਡੇ ਨਾਲ ਬਹੁਤ ਵਿਰੋਧ ਹੋਇਆ ਬੜੀ ਬਹਿਸ ਹੋਈ ਕਹਿੰਦੇ ਜੀ ਅਸੀਂ ਸਾਂਭਾਂਗੇ ਸਾਂਭਿਆ ਕਿਵੇਂ ਤਿੰਨ ਪੁੱਤ ਨੇ ਇੱਕ ਹਫ਼ਤਾ ਇੱਕ ਨੇ ਇੱਕ ਹਫ਼ਤਾ ਇੱਕ ਨੇ ਇੱਕ ਹਫ਼ਤਾ ਇੱਕ ਨੇ ਕਰ ਲਿਆ ਉਹਨੂੰ ਰੇਹੜੀ ਤੇ ਪਾਇਆ ਕਰਨਾ ਹਫ਼ਤੇ ਬਾਅਦ ਦੂਜਾ ਦੂਜੇ ਦੇ ਘਰੇ ਛੱਡਿਆ ਕਰੇ ਦੂਜਾ ਦੂਜੇ ਦੇ ਘਰੇ ਛੱਡਿਆ ਕਰੇ ਅੱਜ ਸ਼ਰਮ ਆਉਂਦੀ ਹੈ ਅੱਜ ਸਾਨੂੰ ਪਤਾ ਲੱਗਿਆ ਵੀ ਉਹ ਮਾਂ ਵੀ ਚੜ੍ਹਾਈ ਕਰ ਗਈ ਬਿਨਾਂ ਸੰਭਾਲ ਪਰ ਇੱਕ ਇਹ ਮਾਂ ਵਾ ਜਿਹਦਾ ਪੁੱਤ ਮੈਂਟਲੀ ਅਪਸੈਟ ਹੋ ਗਿਆ ਉਹਨੂੰ ਮਾਂ ਸਾਂਭ ਲਈ ਹੈ ਦੇਖੋ ਉਹਨੂੰ ਬੰਨ ਕੇ ਇੱਥੇ ਮੰਜੇ ਤੇ ਪਾ ਕੇ ਲੈ ਕੇ ਆਈ ਜਿਵੇਂ ਮਰਜ਼ੀ ਉਪਰਾਲਾ ਕੀਤਾ ਨਿੱਕੇ ਨਿੱਕੇ ਬੱਚੇ ਨੇ ਇਹਦੇ ਬਾਈ ਦੇ ਦੋ ਬੇਟੀਆਂ ਮਾਤਾ ਦੀਆਂ ਦੋ ਪੋਤੀਆਂ ਇੱਕ ਪੋਤਾ ਖੜਾ ਵਿਚਾਰਾ ਪੜ੍ਹ ਲਿਖ ਕੇ ਕਿੱਥੇ ਤਾਂ ਉਹਨੇ ਕਿਸੇ ਚੰਗੇ ਮੁਕਾਮ ਤੇ ਪਹੁੰਚਣਾ ਸੀ ਤੇ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾਉਣਾ ਸੀ ਤੇ ਕਿੱਥੇ ਭੰਗ ਦੇ ਨਸ਼ੇ ਨੇ ਜਿਹੜਾ ਕਿਸੇ ਟਾਈਮ ਟੇਲਰ ਹੁੰਦਾ ਸੀ ਵਧੀਆ ਕੱਪੜੇ ਸਿਉਂਦਾ ਸੀ ਇਹਨੂੰ ਇਲਾਜ ਕਰਾਉਂਦੇ ਕਰਾਉਂਦੇ ਕਿੰਨੇ ਸਾਲ ਹੋ ਗਏ ਮਾਂ ਪੰਦਰਾਂ ਸਾਲ ਪੰਦਰਾਂ ਅਠਾਰਾਂ ਸਾਲ ਹੋ ਗਏ ਕਰਮਜੀਤ ਨੂੰ ਮੈਂਟਲੀ ਅਪਸੈਟ ਹੋਏ ਨੂੰ ਦੋ ਪਲਾਟ ਮਾਂ ਕਹਿੰਦੀ ਬੈਗ ਗਏ ਟੇਲਰ ਦਾ ਕੰਮ ਕਰਦੇ ਸੀ ਤੇ ਅੱਜ ਆਪਣੇ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ ਕਰਮਜੀਤ ਨੂੰ ਲੈ ਕੇ ਪਰਿਵਾਰ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਇੱਥੋਂ ਵੀਰ ਆਪਣੇ ਪੈਰਾਂ ਤੇ ਹੋ ਕੇ ਤੁਰਦਾ ਹੋਇਆ ਆਪਣੇ ਪਰਿਵਾਰ ਚ ਜਾਵੇ ਚੰਗਾ ਜੀਵਨ ਬਤੀਤ ਕਰੇ ਬੁੱਢੀ ਮਾਂ ਦਾ ਸਹਾਰਾ ਬਣੇ ਇਹ ਵੀ ਆਪਣੀਆਂ ਅੱਖਾਂ ਨਾਲ ਆਪਣੇ ਪੁੱਤ ਦਾ ਘਰ ਵੱਸਦਾ ਦੇਖ ਕੇ ਜਾਵੇ ਇਸ ਦੁਨੀਆਂ ਤੋਂ ਬਹੁਤ ਦੁੱਖ ਦੀ ਗੱਲ ਆ ਅੱਜ ਸਾਡੇ ਪਿੰਡਾਂ ਚ ਅੱਜ ਸਾਡੇ ਸਮਾਜ ਦੇ ਵਿੱਚ ਅੱਜ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਲਈ ਮਜਬੂਰ ਆ ਕਿਉਂ ਸਾਡੇ ਪੰਜਾਬ ਦੇ ਵਿੱਚ ਇੱਦਾਂ ਦੀਆਂ ਤਸਵੀਰਾਂ ਬਣਦੀਆਂ ਨੇ ਕਿਉਂ ਅੱਜ ਇਹਨਾਂ ਹਾਲਾਤਾਂ ਚ ਪਹੁੰਚ ਗਏ ਆ ਕਰਮਜੀਤ ਵਰਗੇ ਨੌਜਵਾਨ ਇਹ ਸੋਚਣ ਦੀ ਗੱਲ ਆ ਇਹ ਸਮਝਣ ਦੀ ਗੱਲ ਆ ਇਹ ਇਹਨਾਂ ਸਮੱਸਿਆਵਾਂ ਦੇ ਹੱਲ ਕਰਨ ਦੀ ਗੱਲ ਆ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਰਿਹਾ ਦਿਮਾਗੀ ਬਿਮਾਰੀਆਂ ਇੰਨੀਆਂ ਜ਼ਿਆਦਾ ਵੱਧ ਰਹੀਆਂ ਹਰ ਮਹੀਨੇ ਅਸੀਂ ਦੋ ਕੈਂਪ ਲਾਉਂਦੇ ਹਾਂ 4,000 ਤੋਂ ਵੀ ਪਲੱਸ ਮੈਂਬਰ ਇੱਥੇ ਮਰੀਜ਼ ਦੇ ਰੂਪ 'ਚ ਦਵਾਈਆਂ ਲੈਣ ਆਉਂਦੇ ਨੇ ਜਿਹਦੇ ਵਿੱਚ ਹਰ ਕੈਂਪ ਦੇ ਵਿੱਚ ਸੰਗਲਾਂ ਨਾਲ ਬੰਨੇ ਹੋਏ ਸੈਂਕੜੇ ਹੀ ਮੈਂਬਰ ਆਉਂਦੇ ਨੇ ਦਵਾਈਆਂ ਲੈਣ ਕਰੀਬ 7 ਸਾਲ ਤੋਂ ਉੱਪਰ ਹੋ ਗਿਆ ਸਾਨੂੰ ਕੈਂਪ ਲਾਉਂਦਿਆਂ ਨੂੰ ਬਹੁਤ ਹੀ ਦੁੱਖ ਨਾਲ ਬੜੀ ਸ਼ਰਮ ਨਾਲ ਕਹਿਣਾ ਪੈਂਦਾ ਵੀ ਅੱਜ ਦਾ ਇਨਸਾਨ ਇਸ ਲੈਵਲ ਤੇ ਪਹੁੰਚ ਗਿਆ ਵੀ ਇੰਨਾ ਦਿਮਾਗੀ ਅਪਸੈਟ ਹੋ ਗਿਆ ਵੀ ਆਪਣਾ ਮਲ ਮੂਤਰ ਤੱਕ ਖਾ ਜਾਂਦਾ ਬਸ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ ਵੀ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹ ਕੈਂਪ ਲੱਗਣ ਲੱਗੇ ਆ ਉਹਨਾਂ ਦੀ ਕਿਰਪਾ ਸਦਕਾ ਹੀ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਦੇ ਨਾਂ ਨਾਲ ਪਛਾਣਦੇ ਜਾਣਦੇ ਆ ਉਹਨਾਂ ਦੀ ਕਿਰਪਾ ਸਦਕਾ ਹੀ ਚੰਗੇ ਡਾਕਟਰ ਇੱਥੇ ਆਉਂਦੇ ਨੇ ਲੱਖਾਂ ਰੁਪਈਆਂ ਦੀ ਦਵਾਈ ਲੰਗਰ ਦੇ ਰੂਪ 'ਚ ਇੱਥੇ ਵਰਤਦੀ ਆ ਹਰ 15 ਦਿਨਾਂ ਬਾਅਦ ਉਹ ਵੀ ਉਹ ਰੱਬ ਰੂਪੀ ਭੈਣ ਭਰਾ ਹੀ ਦੇ ਕੇ ਜਾਂਦੇ ਨੇ ਅੱਗੋਂ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜੇ ਮਾਂ ਆਪਣੇ ਪੁੱਤ ਲਈ ਇੱਥੇ ਉਮੀਦ ਲੈ ਕੇ ਆਈ ਆ ਅਰਦਾਸ ਕਰਿਓ ਇਹ ਉਮੀਦ ਪੂਰੀ ਹੋ ਸਕੇ ਇਹ ਬੀੜਾ ਠੀਕ ਹੋ ਸਕੇ ਇਹਨੂੰ ਕਦੇ ਬੰਨਣ ਦੀ ਜ਼ਰੂਰਤ ਨਾ ਪਵੇ ਮਾਂ ਦਾ ਹੋਣਹਾਰ ਪੁੱਤ ਆ ਮਾਂ ਬਾਪ ਦਾ ਲੈਕ ਪੁੱਤ ਸੀ ਬਾਪੂ ਕੱਪੜੇ ਸਿਉਣ ਦਾ ਕੰਮ ਕਰਦਾ ਟੇਲਰ ਦਾ ਇਹਨੇ ਵੀ ਨਾਲ ਸਿੱਖਿਆ ਕੰਮ ਇਹ ਵੀ ਟੇਲਰ ਦਾ ਕੰਮ ਕਰਦਾ ਸੀ ਮਾਂ ਦੱਸਦੀ ਆ ਵੀ ਕੋਈ ਅਸੀਂ ਘਰੇ ਵੀ ਨਹੀਂ ਸੀ ਵੜ ਦਿੰਦੇ ਕਿਸੇ ਨੂੰ ਜਰਦੇ ਬੀੜੀ ਵਾਲੇ ਨੂੰ ਸਹਾਇਤਾ ਕਰੀ ਆ ਇਹਨਾਂ ਨੇ ਕਈ ਦਿਨਾਂ ਨੇ ਫਿਰਦੇ ਨੇ ਚੱਲ ਲੈ ਗਏ ਚੱਲ ਕੋਈ ਸਾਧਨ ਨਹੀਂ ਬਣ ਗਿਆ ਇਹਨਾਂ ਨੇ ਮੈਨੂੰ ਬਹੁਤ ਸਹਾਇਤਾ
ਤਾਂ ਤੈਨੂੰ ਕਰੇ ਅੱਜ ਸਵੇਰ ਦੇ ਤੇ ਮੈਨੂੰ ਬਿੱਲੀ ਨਹੀਂ ਹੋ ਤੈਨੂੰ ਕਰੇ ਤਾਂ ਕੋਈ ਨਾ ਮਾਂ ਸਭ ਠੀਕ ਹੋਇਆ ਤੇਰਾ ਕੀ ਨਾਮ ਆ ਮੇਰਾ ਮਿੰਦਰ ਕੌਰ ਮਿੰਦਰ ਕੌਰ ਕੋਈ ਨਾ ਮਾਂ ਠੀਕ ਹੋ ਜਾਣਾ ਬਾਬਾ ਨਾਨਕ ਮਿਹਰ ਕਰਨਾ ਇਸ ਚ ਬਸ ਕਰਿਓ ਅਰਦਾਸ ਜੀ ਵੀ ਇਹ ਕਰਮਜੀਤ ਵੀਰਾ ਇਨਸਾਨੀਅਤ ਦੇ ਦਰਦ ਨੂੰ ਪਛਾਣਨ ਵਾਲੇ ਲੋਕਾਂ ਨੂੰ ਬੇਨਤੀ ਹੈ ਆਂਢ ਗੁਆਂਢ ਚ ਰਹਿੰਦੇ ਲੋਕਾਂ ਨੂੰ ਬੇਨਤੀ ਹੈ ਭਰਾਵੋ ਸਾਥ ਦਿਆ ਕਰੋ ਸਾਡੇ ਤੇ ਕੈਂਪ ਲੱਗਦੇ ਤੁਸੀਂ ਕੈਂਪਾਂ ਚ ਲੈ ਕੇ ਆਓ ਵੱਧ ਤੋਂ ਵੱਧ ਆਪਾਂ ਦਵਾਈਆਂ ਤਾਂ ਦਵਾਈਏ ਕੋਈ ਉਪਰਾਲਾ ਤਾਂ ਕਰੀਏ ਬਸ ਇੰਨੀਆਂ ਕੁ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਈ ਖੋਲ ਦਈਏ ਤੈਨੂੰ ਉਹ ਵੀ ਰਿਹਾ ਕਰਮਜੀਤ ਖੋਲ ਦਈਏ ਲੈ ਵੀਰੇ ਬੜੇ ਸੁਨੇਹਾ ਦੇਖੋ ਜੀ ਕਿਵੇਂ ਬਾਹਾਂ ਹੈ ਨਾ ਉਹਦੀਆਂ ਕਿਵੇਂ ਵਿਚਾਰੇ ਦੀਆਂ ਨੀਲੀਆਂ ਹੋਈਆਂ ਪਈਆਂ ਹੈ ਨਾ ਜ਼ਖਮ ਕਿਵੇਂ ਹੋਏ ਪਏ ਆ ਏਦਾਂ ਹੀ ਵਾਹ ਰੱਬਾ ਮੇਰਿਆ ਪਤਾ ਨੀ ਕਿਹੜੇ ਚੰਗੇ ਕਰਮ ਕੀਤੇ ਸੀ ਜਿਹੜੇ ਏਡਾ ਮੌਕਾ ਵਾਹਿਗੁਰੂ ਵਾਹਿਗੁਰੂ ਏਦਾਂ ਦੀਆਂ ਸੇਵਾਵਾਂ ਮਹਾਰਾਜ ਬਖਸ਼ੀਆਂ ਸਾਨੂੰ ਤੁਸੀਂ ਉੱਠ ਵੀ ਕਰਮਜੀਤ ਮਾਰਸ਼ਾਲ ਖੜਾ ਹੋ ਜਾ ਖੜਾ ਤੈਨੂੰ ਬੁਖਾਰ ਲੱਗਦਾ ਕਰਮਜੀਤ ਗਰਮ ਗਰਮ ਪਿਆ ਯਾਰ ਸਿੱਧਾ ਲਾ ਪੈਰ ਥੱਲੇ ਸ਼ਾਬਾਸ਼ 12-15 ਸਾਲ ਹੋ ਗਏ ਜੀ ਏਦਾਂ ਹੀ ਬੰਨ ਬੰਨ ਕੇ ਰੱਖਣ ਲਈ ਮਜਬੂਰ ਆ ਪਰਿਵਾਰ ਥੋੜੇ ਨੀ ਹੁੰਦੇ 12-13 ਸਾਲ ਬਾਈ ਜੀ ਕਰਮ ਚੱਲੀ ਡਾਕਟਰ ਕੋਲੇ ਹੈਂ ਆ ਜਾਓ ਭੈਣ ਨੂੰ ਵੀ ਲਿਆਓ ਆ ਜਾਓ ਵੀਰੇ ਤੂੰ ਵੀ ਰਾਜ ਵੀਰੇ ਨੂੰ ਵੀ ਲਿਆਓ ਬਾਈ ਅਮਰੀਤ ਨੂੰ ਲੈ ਆਇਓ ਨਾਲ ਕਰਮਜੀਤ ਕੱਪੜੇ ਸਿਉਣੇ ਨਾ ਤੂੰ ਬੁੜੀਆਂ ਵਾਲੇ ਕੱਪੜੇ ਸਿਉਣਾ ਕਿ ਬੰਦਿਆਂ ਵਾਲੇ ਹੈ ਕਰਮਜੀਤ ਕੁੜਤਾ ਪਜਾਮਾ ਸਿਉ ਲੈਣਾ ਉਹ ਕਰਮਜੀਤ ਕੁੜਤਾ ਪਜਾਮਾ ਕਰਮਜੀਤ ਕੁੜਤੇ ਪਜਾਮੇ ਸਿਉ ਲੈਣਾ ਵਧੀਆ ਕਟਿੰਗ ਵੀ ਕਰ ਲੈਣਾ ਕਟਿੰਗ ਕਰ ਲੈਣਾ ਹੈਂ ਭੁੱਲ ਜਾਏਗਾ ਦੁਬਾਰਾ ਸਿੱਖੇਗਾ ਹੈਂ ਦੁਬਾਰਾ ਸਿੱਖਣਾ ਵਾ ਉਹ ਕਰਮਜੀਤ ਚਲੋ ਜੀ ਸੁਪਨੇ ਦਾ